ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਮੈਂ ਤੁਹਾਡਾ ਸਭ ਦਾ ਆਪਣੇ ਯੂਟਿਊਬ ਚੈਨਲ 'ਤੇ ਬਹੁਤ ਬਹੁਤ ਸਵਾਗਤ ਕਰਦਾ ਹਾਂ। ਅਤੇ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਸਕੂਲ ਆਫ ਐਮਬੀਨਸ ਅਤੇ ਮੈਰੀਟੋਰੀਅਸ ਸਕੂਲ ਦਾ ਜੋ ਇੰਟਰੈਂਸ ਟੈਸਟ ਕਲਾਸ 9th ਦੇ ਲਈ ਹੋਇਆ ਸੀ, ਉਸ ਦੀ ਜੋ ਆਨਸਰ ਕੀ ਜਿਹੜੀ 4 ਅਪ੍ਰੈਲ 2024 ਨੂੰ ਇਸਦੀ ਔਫੀਸ਼ੀਅਲ ਵੈਬਸਾਈਟ 'ਤੇ ਅਪਲੋਡ ਕਰ ਦਿੱਤੀ ਗਈ ਸੀ। ਔਰ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਲੇਟੈਸਟ ਅਪਡੇਟ ਹੈ 15/4/2024, ਜਿਸ ਦੇ ਵਿੱਚ ਰਿਜ਼ਲਟ ਆਫ ਐਂਟਰੈਂਸ ਐਗਜ਼ਾਮੀਨੇਸ਼ਨ ਆਫ ਕਲਾਸ 9th ਫਾਰ ਮੈਰੀਟੋਰੀਅਸ ਸਕੂਲ ਅਤੇ ਇੰਟਰੈਂਸ ਐਗਜ਼ਾਮੀਨੇਸ਼ਨ ਆਫ ਕਲਾਸ 9th ਫਾਰ ਦਾ ਸਕੂਲ ਆਫ ਐਮਿਨਸ, ਇਹ ਜਿਹੜਾ ਰਿਜ਼ਲਟ ਹੈ ਉਹ ਆਊਟ ਕਰ ਦਿੱਤਾ ਗਿਆ। ਤੁਸੀਂ ਇਸਦੀ ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਤੁਸੀਂ ਇਹ ਜਿਹੜੀ ਲਿਸਟ ਹੈ ਡਾਊਨਲੋਡ ਕਰ ਸਕਦੇ ਹੋ। ਅਗਰ ਤੁਸੀਂ ਮੈਰੀਟੋਰੀਅਸ ਸਕੂਲ ਦਾ ਰਿਜ਼ਲਟ ਦੇਖਣਾ ਚਾਹੁੰਦੇ ਹੋ ਕਿ ਤੁਸੀਂ ਜਿਹੜਾ ਫੋਰਮ ਹੈ ਸਕੂਲ ਮੈਰੀਟੋਰੀਅਸ ਸਕੂਲ ਦੇ ਵਿੱਚ ਕਲਾਸ 9th ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਸੀ, ਤਾਂ ਤੁਸੀਂ ਇਸ ਲਿੰਕ ਦੇ ਓਪਨ ਕਰਕੇ, ਯਾਨੀ ਇਸ ਲਿੰਕ ਦੇ ਟਿਕ ਕਰੋਗੇ ਜਾਂ ਟੈਪ ਕਰੋਗੇ ਤਾਂ ਇਹ ਤੁਸੀਂ ਰਿਜ਼ਲਟ ਜਿਹੜਾ ਡਾਊਨਲੋਡ ਕਰ ਸਕਦੇ ਹੋ। ਔਰ ਜਿਸ ਦੇ ਵਿੱਚ ਤੁਹਾਨੂੰ ਆ ਜਾਏਗਾ ਤੁਹਾਡਾ ਐਪਲੀਕੇਸ਼ਨ ਨੰਬਰ, ਉਸ ਤੋਂ ਬਾਅਦ ਅਪਲਾਈਡ ਫਾਰ ਬੋਥ, ਤੁਸੀਂ ਮੈਰੀਟੋਰੀਅਸ ਸਕੂਲ ਅਤੇ ਸਕੂਲ ਆਫ ਐਮਿਨਸ ਦੋਨਾਂ ਦੇ ਲਈ ਅਪਲਾਈ ਕੀਤਾ ਗਿਆ। ਉਸ ਤੋਂ ਬਾਅਦ ਆ ਗਿਆ ਤੁਹਾਡਾ ਰੋਲ ਨੰਬਰ, ਉਸ ਤੋਂ ਬਾਅਦ ਆ ਗਿਆ ਨੇਮ, ਫਾਦਰ ਨੇਮ, ਡੇਟ ਆਫ ਬਰਥ, ਕਾਸਟ, ਉਸ ਤੋਂ ਬਾਅਦ ਆ ਗਿਆ ਫੈਮਿਲੀ ਹੈੱਡ ਫਾਦਰ, ਅਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਨੰਬਰ ਹੈ ਟੋਟਲ ਨੰਬਰ ਜਿਹੜੇ ਹੈ ਦਿੱਤੇ ਗਏ ਇਸ ਦੇ ਵਿੱਚ 140 ਨੰਬਰ, ਅਤੇ ਰਿਜ਼ਲਟ ਜਿਹੜਾ ਉਹ ਹੈ ਕੁਆਲੀਫਾਈਡ। ਜਿਨ੍ਹਾਂ ਦਾ ਰਿਜ਼ਲਟ ਕੁਆਲੀਫਾਈਡ ਨਹੀਂ ਹੋਏਗਾ ਉੱਥੇ ਲਿਖਿਆ ਨੋਟ ਕੁਆਲੀਫਾਈਡ, ਜਿਵੇਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇਸ ਦੇ ਵਿੱਚ ਲਿਖਿਆ ਗਿਆ ਕੁਆਲੀਫਾਈਡ, ਕੁਆਲੀਫਾਈਡ ਔਰ ਇਸ ਤਰ੍ਹਾਂ ਹੀ ਤੁਸੀਂ ਜਿਹੜੀ ਹੈ ਲਿਸਟ ਇਸ ਦੀ ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਸਕੂਲ ਆਫ ਐਮਿਨਸ ਦੇ ਵਿੱਚ ਐਡਮਿਸ਼ਨ ਦੇ ਲਈ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹ ਸਕੂਲ ਆਫ ਐਮਿਨਸ ਦੀ ਜਿਹੜੀ ਲਿਸਟ ਹੈ ਉਹ ਓਪਨ ਕਰ ਸਕਦੇ ਹੈ। ਜਿਵੇਂ ਤੁਸੀਂ ਉਸ ਦੇ ਉੱਪਰ ਲਿੰਕ ਦੇ ਉੱਪਰ ਕਲਿੱਕ ਕਰੋਗੇ ਤਾਂ ਇਹ ਡਾਊਨਲੋਡ ਹੋ ਜਾਏਗਾ। ਤਾਂ ਇਸ ਤਰ੍ਹਾਂ ਤੁਸੀਂ ਕੁਆਲੀਫਾਈਡ, ਨੋਟ ਕੁਆਲੀਫਾਈਡ, ਜਿਹੜੇ ਬੱਚੇ ਕੁਆਲੀਫਾਈਡ ਨਹੀਂ ਹੈ ਉਹਨਾਂ ਦੇ ਸਾਹਮਣੇ ਆ ਜਾਏਗਾ ਨੋਟ ਕੁਆਲੀਫਾਈਡ, ਅਤੇ ਜਿਹੜੇ ਅਸੀਂ ਇਹ ਦੇਖ ਰਹੇ ਹਾਂ ਇਸ ਦੇ ਵਿੱਚ ਸਾਰੇ ਹੀ ਬੱਚੇ ਜਿਹੜੇ ਹੈ ਕੁਆਲੀਫਾਈਡ ਹੈ। ਅਤੇ ਜਿਵੇਂ ਦੇਖੋ ਜਿਨ੍ਹਾਂ ਬੱਚਿਆਂ ਦੇ 47 ਨੰਬਰ ਹੈ ਨੋਟ ਕੁਆਲੀਫਾਈਡ, ਨੋਟ ਕੁਆਲੀਫਾਈਡ, ਇਹਨਾਂ ਦੇ ਰੀਜ਼ਨਿੰਗ 'ਚ 12 ਨੰਬਰ ਹੈ, ਸਬਜੈਕਟ ਵਾਈਜ਼ 35 ਨੰਬਰ, ਟੋਟਲ ਇਹਨਾਂ ਦੇ ਬਣੇ ਆ 47 ਨੰਬਰ ਦੇ ਆ ਗਏ ਨੋਟ ਕੁਆਲੀਫਾਈਡ। ਤੋ ਜਿਹੜੇ ਜਿਹੜੇ ਬੱਚੇ ਕੁਆਲੀਫਾਈਡ ਹੈ ਉਹ ਐਲੀਜੀਬਲ ਹੈਗੇ ਹੈ ਸਕੂਲ ਆਫ ਮੈਰੀਟੋਰੀਅਸ ਅਤੇ ਸਕੂਲ ਆਫ ਐਮਿਨਸ ਦੇ ਐਡਮਿਸ਼ਨ ਦੇ ਲਈ, ਤਾਂ ਇਹ ਲੇਟੈਸਟ ਅਪਡੇਟ ਹੈ। ਅਤੇ ਤੁਸੀਂ ਆਪਣਾ ਜਿਹੜਾ ਰਿਜ਼ਲਟ ਹੈ ਇਸ ਦੀ ਔਫੀਸ਼ੀਅਲ ਵੈਬਸਾਈਟ 'ਤੇ ਜਾ ਕੇ ਰਿਜ਼ਲਟ ਜਿਹੜਾ ਚੈੱਕ ਕਰ ਸਕਦੇ ਹੋ। ਅਗਰ ਤੁਸੀਂ ਸਕੂਲ ਆਫ ਐਮਿਨਸ ਦਾ ਚੈੱਕ ਕਰਨਾ ਚਾਹੁੰਦੇ ਹੋ ਤਾਂ ਇਸ ਲਿੰਕ 'ਤੇ ਤੁਸੀਂ
ਕਲਿੱਕ ਕਰੋਗੇ ਤੋ ਜਿਵੇਂ ਕਲਿੱਕ ਕਰੋਗੇ ਤਾਂ ਇਸਦਾ ਜਿਹੜਾ ਰਿਜ਼ਲਟ ਹੈ ਇੰਟਰੈਂਸ ਐਗਜ਼ਾਮੀਨੇਸ਼ਨ ਆਫ ਕਲਾਸ 9th ਫਾਰ ਸਕੂਲ ਆਫ ਐਮੀਨਸ ਦੇ ਲਈ, ਤਾਂ ਤੁਸੀਂ ਉਹ ਲਿਸਟ ਵੀ ਜਿਹੜੀ ਹੈ ਚੈੱਕ ਕਰ ਸਕਦੇ ਹੋ। ਅਗਰ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਧੰਨਵਾਦ। ਜੈ ਹਿੰਦ।